ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ। ਦੋ ਨਵੀਆਂ ਆਉਣ ਵਾਲੀਆਂ ਫਿਲਮਾਂ ਦੀ ਕੁਝ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਗੁਰਨਾਮ ਭੁੱਲਰ ਦੀ ਆਉਣ ਵਾਲੀ ਮੂਵੀ ਖਿਡਾਰੀ, ਇਹ ਮੂਵੀ ਸਾਨੂੰ 9 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਦੇਖਣ ਮਿਲੇਗੀ। ਇਸ ਮੂਵੀ ਦੇ ਵਿੱਚ ਗੁਰਨਾਮ ਭੁੱਲਰ, ਕਰਤਾਰ ਚੀਮਾ, ਸੁਰਭੀ ਜੋਤੀ, ਪ੍ਰਭ ਗਰੇਵਾਲ ਅਤੇ ਕੁਝ ਹੋਰ ਕਲਾਕਾਰ ਦੇਖਣ ਨੂੰ ਮਿਲਣਗੇ। ਇਸ ਫਿਲਮ ਦੇ ਮੇਕਰਸ ਨੇ ਇਹਦੇ ਟ੍ਰੇਲਰ ਦੀ ਰਿਲੀਜ਼ ਡੇਟ ਅਨਾਊਂਸ ਕਰਤੀ ਆ। ਜੇ ਗੱਲ ਕਰੀਏ ਟ੍ਰੇਲਰ ਦੀ ਰਿਲੀਜ਼ ਡੇਟ ਬਾਰੇ, ਤਾਂ ਇਹ ਮੂਵੀ ਦਾ ਟ੍ਰੇਲਰ ਸਾਨੂੰ 25 ਜਨਵਰੀ ਨੂੰ ਗੁਰਨਾਮ ਭੁੱਲਰ ਦੇ ਔਫਿਸ਼ੀਅਲ ਯੂਟਿਊਬ ਚੈਨਲ 'ਤੇ ਦੇਖਣ ਮਿਲੇਗਾ। ਜੇ ਗੱਲ ਕਰੀਏ ਦੂਜੀ ਅਪਡੇਟ ਬਾਰੇ, ਤਾਂ ਇਹ ਮੂਵੀ ਦਾ ਨੇਮ ਹੈ ਜੱਟ ਨੂੰ ਚੁੜੇਲ ਟੱਕਰੀ। ਇਸ ਮੂਵੀ ਦੇ ਵਿੱਚ ਗਿੱਪੀ ਗਰੇਵਾਲ, ਸ਼ਰਗੁਨ ਮਹਿਤਾ, ਰੂਪੀ ਗਿੱਲ, ਨਿਰਮਲ ਰਿਸ਼ੀ ਅਤੇ ਕਈ ਹੋਰ ਕਲਾਕਾਰ ਦੇਖਣ ਮਿਲਣਗੇ। ਇਸ ਮੂਵੀ ਨੂੰ ਜਾਣੇ ਮਾਨੇ ਰਾਈਟਰ ਅਮਰਦੀਪ ਸਿੰਘ ਨੇ ਲਿਖਿਆ ਹੈ ਅਤੇ ਇਸ ਮੂਵੀ ਨੂੰ ਵਿਕਾਸ ਵਸ਼ਿਸ਼ਟ ਨੇ ਡਾਇਰੈਕਟ ਕੀਤਾ ਹੈ। ਇਸ ਮੂਵੀ ਦੇ ਵੀ ਟੀਜ਼ਰ ਦੀ ਅਨਾਊਂਸਮੈਂਟ ਕੀਤੀ ਗਈ ਹੈ ਇਸ ਮੂਵੀ ਦੇ ਮੇਕਰਸ ਦੁਆਰਾ। ਜੇ ਗੱਲ ਕਰੀਏ ਟੀਜ਼ਰ ਦੀ ਰਿਲੇਟਡ ਬਾਰੇ, ਤਾਂ ਇਹ ਮੂਵੀ ਦਾ ਸਾਨੂੰ ਟੀਜ਼ਰ 25 ਜਨਵਰੀ ਨੂੰ ਇਸ਼ਟ ਸਨਸਾਈਨ ਦੇ ਯੂਟਿਊਬ ਚੈਨਲ 'ਤੇ ਦੇਖਣ ਮਿਲੇਗਾ। ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।